अज बड़े साल बाद मैं ना इतने भलथ के बाजार आई तो अभी पहलो देख लगे हाँ टब जरा कि सवेरे वह भाई को सोना ही पर रेट नहीं बनया ही तो हूँ अं देख लगे वाह कि सोना सही आ कलर भी सोना है। हाँ आ जाना उदे देख के दसदा मैं तुम प्राइस पूछ कितने का 120 रुपए का तो मामा ही 150 का दिंदा ही सवेरे तो मजबूत भी नहीं इन्ना इन्ना मजबूत थोड़ा सी का ही मैं क्या ओ उदां कदा ही सी आ देखो इदां दा ही सी ओहो इदां दे ओदे नहीं नहीं सैलो दे नहीं डिजाइन कहन दी इदां डूंगा जिहा जेड़ा पहला सी मेरे कोलो आ हा कलर आ जेड़ा टुटा ओ कलर फेड हो जांदा ब्लू जिहा हुण इक देखण लगे छोटा जिहा डेस्क देखो डस्टबिन का डिजाइन पूरी फ्लेक्सिबल है गाइस सोने दोनों ही है ਦੇ ਨੇ ਐਸਾ ਦਾ ਲੈਣਾ ਬਟਨ ਵਾਲਾ ਉਹ 200 ਦੀ ਰੇਂਜ ਤੇ ਹੈਗਾ ਨੇ ਐਸਾ ਦਾ ਵੀ ਮਿਲ ਜੂ ਨਹੀਂ ਆ ਸੋਨੇ ਦਾ ਬਟਨ ਦੱਬ ਕੇ ਨਾ ਉਹਦਾ ਪੁਸ਼ ਕਰਕੇ ਟੱਪ ਲੈਂਦਾ ਚੌਰਸ ਹੁੰਦਾ ਕਿਹੜਾ ਲੈਣਾ ਹਾਂ ਛੋਟਾ ਕਿ ਵੱਡਾ ਹੱਥ ਲੱਗਣੇ ਨੇ ਹੈ ਮੇਰੇ ਦੋਨੋਂ ਨਹੀਂ ਹੱਥ ਲੱਗਣੇ ਕਿੱਦਾਂ ਮਤਲਬ ਕਿਉਂਕਿ ਮੈਨੂੰ ਆਦਤ ਨਹੀਂ ਹੈਗੀ ਇਹਨਾਂ ਨੂੰ ਦੂਰ ਕਰਨ ਦੀ ਮੈਨੂੰ ਉਹਦਾ ਗਿੱਜਣਾ ਹੀ ਪੈਣਾ ਮਾਂ ਹੁਣ ਨਹੀਂ ਮੈਂ ਨਹੀਂ ਲੈਣਾ ਕਿ ਫੇ ਕੀ ਲੈਣਾ ਕਿੱਦਾਂ ਦਾ ਲੈਣਾ ਮੈਂ ਉਹ ਬਿਲਕੁਲ ਬਾਸਕਟ ਟਾਈਪ ਜਿਹੜਾ ਪਹਿਲਾਂ ਨਹੀਂ ਆਦਾ ਹੈਗਾ ਉਪਰ ਖੁੱਲਾ ਹੀ ਭਾਜੀ ਜਿਹੜੇ ਪੁਰਾਣੇ ਡਸਟਬਿਨ ਨਹੀਂ ਹੁੰਦੇ ਸੀ ਉਹ ਹੀ ਦਿਖਾ ਦਿਓ ਇਹਨਾਂ ਦਾ ਸਾਈਜ਼ ਫਿਰ ਐਡਾ ਹੋਊਗਾ ਹਾਂ ਦਿਖਾ ਦਿਓ ਕੋਈ ਨਹੀਂ ਫਟਾ ਯਾਰ ਸੋਹਣਾ ਓਏ ਕੀ ਦਿੱਗਿਆ ਚਾਬੀ ਪਤਾ ਕੀ ਜਿੱਦਾਂ ਉਹ ਪੱਤੀ ਵਗੈਰਾ ਤੁਹਾਡੇ ਨਹੀਂ ਜਾਂਦੀ ਤਾਂ ਇਹ 'ਚ ਪੱਤੀ ਵਗੈਰਾ ਜ਼ਿਆਦਾਤਰ ਸੁੱਟਣੀ ਨਾ ਅਤੇ ਤਾਂ ਉੱਤੋਂ ਬੰਦ ਹੋ ਜੂ ਮੱਖੀਆਂ ਨਹੀਂ ਕੋਈ ਤਾਂ ਕਿਉਂ ਵੀ ਦੇਖ ਲੈਂਦੇ ਹਾਂ देखो बाल्टी का कलर कितना प्यारा है जे ना दीप हों मैं पक्का ले लेनी वाह कहने आ भी इदा बास्केट जी भी बड़िया सोहनिया लगती टोकरी नहीं ओके लिया हूं टब नहीं भांडे रखने वाली टोकरी पुछदे कि जिदा दी मेरी आ वो पुछ लो चला के देती सी घूमी लॉक की टोका सोना है छोटा टोका लिखा ताई तो 1500 का कह दे 8000 का 800 का तो जो दो ब्लेडा वाला वा वो तो भी सस्ता पर खत्म हो गया दो ब्लेडा वाला तो मेरे को है फिर लवेंगे आप जी जना वो समान लेना एडा समान स्कूटरी से लैके कि जाना पे जरा तो भांडिया लाहा तो सही है पर स्कूटरी आ गड्डी नहीं आ एक आ टोक नहीं एड्डी है मेरी टोकरी इधरों देखी मैं मेरी जड़ी पिंक कलर दी उत्थे करे ये वाली चॉपिंग मैट आ लो पहले तो एड्डा बेकार होया जड़ा
वो आप दे लें चलो आपा तो फटिया दे दे बाजार आ जाए एक चीज लैन दस चीजा लैके जाता दिखाऊंगे इन खोल के लंबे वाला चौड़ा पता लगे कि किदना का चौड़ा इतना ही है लंबा देखो दी लाके ना ऊंचे ਤੁਹਾਡੇ ਪੈਰ ਤੱਕ ਲੰਬਾ ਹੈ ਚੜਾਈ ਘੱਟ ਹੈ ਪੈਰ ਦੇ ਨਾਲ ਜਿੱਦਾਂ ਲੱਗ ਜਾਂਦਾ ਚੜਾਈ ਘੱਟ ਹੈ ਜਿੱਦਾਂ ਆਪਣੇ ਉਹ ਮੈਰੂਨ ਤੇ ਉੱਤੇ ਤੇ ਚੜਾਈ ਐਨੀ ਕੀ ਹੋਣੀ ਆ ਪਰ ਲੰਬਾ ਜ਼ਿਆਦਾ ਹੋ ਜਾਣਾ ਉਹ ਇਦਾਂ ਲੰਬਾ ਹੋਣਾ ਨਾ ਤਾਂ ਆਪਾਂ ਨੂੰ ਮੋਰ ਨੂੰ ਚੌੜਾ ਚਾਹੀਦਾ ਦੋ ਚਾਹੀਦਾ ਵੀ ਵਧੀਆ ਹੈ ਟੋਕਰੀ ਪਰ ਹੈਗੀ ਛੋਟੀ ਆ ਨਾ ਇਹ ਕਿਸੇ ਹੋਰ ਤਰੀਕੇ ਨਾਲ ਜੁੜਦੀ ਹੋਣੀ ਆ ਆ ਵਧੀਆ ਨਾ ਫਿਰ ਪਾਣੀ ਜਿਹੜਾ ਆ ਭਾਂਡਿਆਂ ਦਾ ਚੋ ਕੇ ਤਾਂ ਉਹ ਟ੍ਰੇ 'ਚ ਰਹਿਣਾ ਸਿਲਫ ਨਹੀਂ ਗਿੱਲੀ ਹੋਣੀ ਮੈਨੂੰ ਲੱਗਦਾ ਉੱਦਾਂ ਇੱਦਾਂ ਆ ਭਾਜੀ ਇਹ ਜੁੜਦਾ ਆ ਕਿ ਉੱਦਾਂ ਹੀ ਇੱਦਾਂ ਆ ਇਹ ਅਟੈਚ ਹੁੰਦੀ ਆ ਕਿ ਇਦਾਂ ਹੀ ਆ ਨਹੀਂ ਨਹੀਂ ਇਦਾਂ ਟ੍ਰੇ ਵਾਲੀ ਹੁੰਦੀ ਨਾ ਟ੍ਰੇ ਨਾਲ ਹੁੰਦਾ ਵਾ ਜਿੱਦਾਂ ਪਾਣੀ ਨੂੰ ਚੜ ਕੇ ਥੱਲੇ ਆ ਜਾਂਦਾ ਵਾ ਜਿਹਦੇ ਵਿੱਚ ਸ਼ੈਲਫਾਂ ਵਾਲੀ ਚਾਹੀਦੀ ਡਬਲ ਸ਼ੈਲਫ ਵੀ ਮਿਲ ਜਾਂਦੀ ਆ ਕੱਲੀ ਪਲੇਟਾਂ ਵਾਲੀ ਚਾਹੀਦੀ ਉਹ ਵੀ ਹੈਗੀ ਆ ਸਾਰੇ ਮਿਲ ਜਾਂਦੇ ਨਹੀਂ ਸਭ ਵਧੀਆ ਕੀ ਆ ਨਾ ਇਹ ਲੈ ਲਈ ਉਹ ਬਾਅਦ ਚ ਹੁੰਦੀ ਆ ਨਾ ਬਾਅਦ ਚ ਹੁੰਦੀ ਦੇਖ ਲੈਂਦੇ ਹੁਣ ਆਪਾਂ ਇੰਨਾ ਸਮਾਨ ਲਿਜਾਣ ਜੋਗੇ ਨਹੀਂ ਹੈ ਤੁਸੀਂ ਬਸ ਸੋਚੋ ਇੱਕ ਬਲੂ ਫੱਟੀ ਲੈ ਲਓ ਉਹ ਵਾਲੀ ਤੇ ਉਹ ਹੋ ਗਏ ਦੋ समझाऊंगा ਜੱਜਣਾ ਚੇਤੇ ਕਰੋ ਪਹਿਲਾਂ ਜਿੱਦਾਂ ਦਰਖਤ ਨਹੀਂ ਹੁੰਦਾ ਹਾਂ ਸਿੱਧਾ ਉਹਦੇ ਦੋਨੋਂ ਸਾਡਾ ਤੇ ਇਦਾਂ ਆਹ ਵਾਲੀ ਚੀਜ਼ਾਂ ਲੱਗੀਆਂ ਉਹ ਦੇਖੋ ਉਹਨੂੰ ਉਦਾਂ ਦੱਸ ਦਿਓ ਕਿ ਕੱਪ ਦੇ ਵਿੱਚ ਹੋਰ ਡਿਜ਼ਾਈਨ ਦਿਖਾ ਦਿਓ ਇਸ ਤੋਂ ਇਲਾਵਾ ਓਕਾ ਤਾਂ ਵਾਈਪਰ ਲੈ ਲਈਏ ਯਾਰ ਇੱਕ ਕੀ ਕੁਛ ਲੈ ਕੇ ਆਉਣਾ ਸਕੂਟੀ ਤੇ ਵਾਈਪਰ ਕਿੱਥੇ ਚੁੱਕ ਕੇ ਲੈ ਕੇ ਜਾਵਾਂਗੇ ਵਾਈਪਰ ਵਾਟ ਕਿਚ ਲੈ ਆਵਾਂਗੇ ਮੈਂ ਦੋ ਦੇਖੇ ਉੱਥੇ ਹੀ ਪਸੰਦ हौली 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 जिदा कहते टुटा छित्र वधदा रहिंदा उदा कोई वधी जान दे चीजा नूं है ਪੱਟੀ ਦੇ ਕਿੰਨੇ ਲਾਉਣੇ ਆ 150 ਨਹੀਂ 120 50 ਨਹੀਂ ਨੀਚੇ ਦੇ ਤਾਂ ਉਹ ਕੁਆਲਿਟੀ ਦੇ ਲੋ ਪਾਸ ਦੀ ਅਵੀ ਪ੍ਰਾਈਸ ਤਾਂ ਹੀ ਕਿਹਾ ਇੰਨੇ ਥੋੜੇ ਲਾਉਣੇ ਨੇ ਤੇ ਇਹ ਰੋਟੀ ਰੱਖਣ ਵਾਲਾ ਡੱਬਾ ਹੀ ਲੈ ਲਓ चलो शहर ला दूंगी तुम उधर ले बाजार ले भी कुछ रख दी शॉपिंग देख लो जो तुम पसंद हो तो ले लेंगे लेना उधर ओरिजिनल मिल जाना है ना तो है उधर ले बाजार भी एक तो एक दिन हम बाकी समान भी ले लिए जो मेन लैन आए हैं चलो खोलो मेरा पर्स तो दो पैसे किन्ने बने हैं पूछ तो लो अगले 135 180 380 120 135 किन्ने का लगे बाकी हम असी सोच रहे हैं भी रोटी वाला डब्बा भी बेच ही लीए क्योंकि मासी का हो गया यार रोटी वाला डब्बा खराब है थोड़ा ज्यादा ही लो क्वालिटी जे मैं कल्ली हुंदी मैं आही ले जाना सी नहीं नहीं पता ही होना फिर प्रॉब्लम की आनी
जो इस गर्म रोटी रखी गई ना आ चीज़ आ देखो पहले ही साइडा तो फुल जानी हाँ जी इदा होंगी गरमैश ना जिदा प्लास्टिक नहीं वो हो जाती होंगी आया नैक्सट डिजाइन जोड़ा कि मैं थोड़ा थोड़ा पसंद आ ये क्वालिटी भी थोड़ी अच्छी आ वधिया नहीं इदा दे वैसे हुण चले आ पर सब्जियां पाउण वाला सोना बनना ये लुक ही ना जिदा बाउल दी हुंदी रोटी वाला नहीं ना लगता तो मैं वो फर्क फर्क हों तो वर्तना फिर तुम जो पसंद हो ले लो किस तरह सेट भाजी ਆਰਡਰ ਤੇ ਦੇਖ ਲਓ ਇੱਕ ਪੀਸ ਹੈ ਤੇ ਪਤਾ ਲੱਗਦਾ ਇਹਦਾ ਰੇਟ ਵੀ ਘੱਟ ਆ ਖੋਲੇ ਭਾਜੀ ਤੇ ਚੁੱਕਣਾ ਹੈ ਮੇਰਾ ਦਿਮਾਗ ਨਹੀਂ ਹੁਣ ਮੱਕੇ ਲੈਮੀਨੇਸ਼ਨ ਆ ਗਈ ਤੇ ਲਈ ਬੋਲ ਕਰਾਂਗੇ ਜੀ ਹੁਣ ਦੱਸੋ ਜੀ ਤਿੰਨ ਆਪਸ਼ਨ ਹੁਣ ਮੈਨੂੰ ਤਾਂ ਸਮਝ ਨਹੀਂ ਆਉਣੀ ਹੁਣ ਤੁਸੀਂ ਦੱਸੋ ਕਿਹੜਾ ਨਿਕਲਣਾ ਮੈਂ ਛੋਟੇ ਛੋਟੇ ਬਾਊਲ ਤਾਂ ਦੇਖੋ ਹੈਗੇ ਨਾ ਕਾਫੀ ਮੇਵੇਂ ਕੋ ਬ੍ਰੀਜ ਦਾ ਵੀ ਮਿਲ ਜੂਗਾ ਬਸ ਇਹ ਕਿ ਜਿਹੜੇ ਜ਼ਿਆਦਾ ਸਿਲੈਕਟਡ ਕੀ ਹੁੰਦੇ ਮੈਂ ਤੁਹਾਨੂੰ ਦਿਖਾ ਦਿੱਤੇ ਜਿਹੜੇ ਜ਼ਿਆਦਾ ਚੱਲਦੇ ਆ ਇਹ ਕਲਾਸਿਕ ਦਾ ਨਹੀਂ ਬਹੁਤ ਸੇਲ ਹੁੰਦੀ ਹੈ ਹਾਂਜੀ ਹੈਂਡਲ ਵੀ ਹੈ ਨਾ ਇਹਦੇ ਵਿੱਚ ਤੁਹਾਨੂੰ ਇਹਨਾਂ ਦਾ ਸਹਿ ਹੁਣ ਚੱਲੇ ਉੱਧਰ ਇਹ ਲੈ ਲਈ ਹਾਂ ਉਹ ਪਹਿਲੋਂ ਦੇ ਆ ਮਤਲਬ ਉਹ ਘੱਟ ਚੱਲਦਾ ਆ ਚੱਲਦਾ ਆ ਹੁਣ ਆ ਲੇਟੈਸਟ ਆ ਆ ਉਹ ਲੈ ਲਓ ਠੀਕ ਚਲੋ ਫਿਰ ਉਹ ਲੈ ਲਓ मेन शॉपिंग जेदे वास्ते मेन वैसे परमिशन ले गए अं दीप को शॉपिंग दी देखो लो जी स्लिप ਭਾਂਡੇ ਟਿੱਕੀ ਜਾਂਦੇ ਸੋਇਆ ਸੌਸ ਦੇ ਦਿਓ ਬਲੈਕ ਪੇਪਰ ਪਾਊਡਰ ਦੇ ਦਿਓ ਇੱਦਾਂ ਦੀਆਂ ਚੀਜ਼ਾਂ ਆ ਵਿਨੇਗਰ ਛੋਟਾ ਤੁਹਾਨੂੰ ਕੀ ਹੋਇਆ
ਐ ਮੈਂ ਆਪ ਚੀਜ਼ ਦੇਖਾਂ ਕਈ ਵਾਰੀ ਦੇਖ ਕੇ ਚੀਜ਼ਾਂ ਯਾਦ ਆ ਜਾਂਦੀਆਂ ਹੁੰਦੀਆਂ ਨੇ ਸਾਈਡ ਹੋ ਗਏ ਇੱਧਰ ਤੇ ਬਿਸਕਿਟ ਲੱਗੇ ਆ ਇੱਧਰ ਸੌਦਾ ਪੱਤਾ ਲੱਗਾ ਆ काली मिर्च वाला इदा लेना को आप पीसना वा तो मैं उच वादू समान लिखा पोहा लबान मैं भी तड़के खाऊंगी हाँ चिक्के भी लाते ये देखो हमको क्या मिला चेता चिक्के वाले मैदा खत्म तो नहीं हो गया ज्यादा चाहिए मैदा मैदा ना ज्यादा चाहिए था देखो किन्ना का चलो ले लो अद्धा किलो कर दो मैदा अद्धा किलो वो तो किन्ने चढ़ जाता है पाइया का ठीक नहीं कॉर्नफ्लावर भी अरारोट भी 10 रुपए का ही कॉर्नफ्लावर भी 20 रुपए का ले लो ते राइस फ्लोर भी 20 रुपए का इन्ना इन्ना ही बहुत होता है अभी इतने पाइए बर्गर बनाने की लेना नूडल लेने बच पाने नूडल वाला बनाना या मैं टिक्की वाला बना के बिच मकरोनी पावे नूडल ना जीत गया फिर नूडल देखो छोटी पैकेट एक पैकेट नूडल भी दे दिए छोटे वाले नूडल दे बिच भी सोया सॉस पैना विनेगर पैना मेन च सोया सॉस ही दी मायोनीज वाला हैगा ना अपने वो हैगी अपने ऑयल वगैरह सारे है तलन वाले बिस्किट भी चाय के लिए लिया जाए ओरियो नहीं है कौड़े लगते हैं वो केक बनाने लिए केड़े बिस्किट लेने केक बनाने लिए की समान लेना वो समान तो मैं याद नहीं इधर से वाह जी वाह तुझी कहानी हो तो मेरे को ना बिस्किट भी कहने हैं बिस्किट मैं तो जितने तक सुने आ करे ओरियो दे बिस्किट दे बनाओ दे हम दे आप ले लेने ओरियो अरे प्या ओरियो जी जे तेन विधि याद नहीं तो तुम कि बनाओगे बिस्कुट चाह ना खान नू केड़े लेने हाथ तुसी ले ले ओदे वास्ते ये तो दूजे मिठे रस है बेकरी वाले नहीं बिस्किट लाने हैं लेने बेकरी वाले आ दे तो पकड़िए ऐसे निकलने की है वो है बड़े टेस्टी हैं दे एक खा के देखो और यो हाँ जो चुक्के और ले लो नहीं आगे थल्ले पैकिंग एक नहीं है ये तो बहुत ज्यादा आ रहे हैं ये चिकन है चिकन पैकेट भर है उसके साइज छोटा होता है बस बिस्कुट और पे लेने डार्क तो ही मैरी लाइट खा लेने हां मम्मी भी खा लेने दो सारे मैरी लाइट में सारे खा लेने बस ठीक है बहुत चलो और बस फिर
ਹੁਣ ਅਸੀਂ ਪਹੁੰਚ ਗਏ ਜੀ ਸਬਜ਼ੀਆਂ ਵਾਲੀ ਦੁਕਾਨ 'ਤੇ। ਹੁਣ ਜਿਹੜੀ ਰੈਸਪੀ ਅਸੀਂ ਬਣਾਉਣੀ ਸਪੈਸ਼ਲ, ਉਹਦੇ ਲਈ ਸਮਾਨ ਲੈ ਲਈਏ। ਤਾਜ਼ਾ ਭੁਰਪਰਾ ਫਿਰਦਾ ਇੱਧਰੋਂ, ਚਚੜੀ ਗੋਭੀ ਲੈ ਬੀਬੇ, ਗੋਭੀ ਆਪਾਂ ਥੋੜ੍ਹੀ ਜਿਹੀ ਲੈਣੀ, ਨਹੀਂ ਇਹੀ ਤਾਂ ਮੇਨ ਇਨਗਰੀਡੀਐਂਟ ਆ। ਗੋਭੀ ਕਰ ਦਿਓ ਕਿਲੋ ਦੇਖ ਕੇ, ਚਾਹੀਦਾ ਫੁੱਲ ਪਏ। ਥੱਲੇ ਨੀਚੇ ਵਾਲਾ ਸਭ ਤੋਂ ਥੱਲੇ ਇੱਕ ਨਾਲ ਛੋਟਾ ਕਰ ਦੋ। ਅੱਧਾ ਕਿਲੋ ਟਮਾਟਰ ਕਰ ਦਿਓ। ਤੁਸੀਂ ਗਾਜਰ ਨਾ ਖੜ ਕੇ ਖਾਓ ਤਾਂ ਆਪ ਚੀਜ਼ ਲਓ। ਚਲੋ ਸਬਜ਼ੀ ਲੈਣੀ ਬੁੱਢੀ ਵਡੇਰੀ, ਅਦਰਕ ਵੀ ਹੈ ਨਹੀਂ ਨਾ ਘਰੇ ਥੋੜ੍ਹਾ ਜਿਹਾ ਹੋਣਾ ਤਾਂ ਫਿਰ ਜ਼ਿਆਦਾ ਚਾਹੀਦਾ। ਅਦਰਕ ਵੀ ਲੈ ਲਓ, ਲਸਣ ਵੀ ਲਓ, ਅੱਧਾ ਕਿਲੋ ਅਦਰਕ ਕਰ ਦਿਓ, ਪਾਈਆ ਲਸਣ ਕਰ ਦਿਓ, ਸ਼ਿਮਲਾ ਮਿਰਚ ਕਿਹੜੀ ਕਰਨੀ, ਗ੍ਰੀਨ ਵਾਲੀ ਕਿ ਉਹਦੇ ਵਾਲੀ ਰੈੱਡ ਵਾਲੀ, ਉਹਨਾਂ ਨੇ ਲਸਣ ਪਾਈਆ ਕਿ ਜਿਹੜੀ ਮਰਜ਼ੀ ਕਰ ਲਓ, ਪਾਈਆ ਗ੍ਰੀਨ ਵਾਲੀ ਤਾਂ ਚਾਹੀਦੀ ਚਾਹੀਦੀ ਹੈ, ਲਾਲ ਪੀਲੀ ਦਾ ਇੱਕ ਇੱਕ ਪਾ ਦਿਓ ਬਸ। ਜਨਾਬ ਜੀ ਆਪ ਹੋ ਕੇ ਚੀਜ਼ ਲਈ ਦੀ ਹੁੰਦੀ, ਮਸ਼ਰੂਮ ਵੀ ਦੇ ਆ ਲੈ ਲਓ, ਆਮਲੇ ਵੀ ਲੈਣੇ, ਉਹ ਕੀ ਕਰਨੇ, ਇਹਦੀ ਤਾਂ ਸਭ ਤੋਂ ਵਧੀਆ ਚੀਜ਼ ਹੁੰਦੀ ਹੈ, ਇਹਨੂੰ ਉਬਾਲ ਕੇ ਪੀਓ ਜਿੱਦਾਂ ਮਰਜ਼ੀ, ਇਹ ਦੋ ਪੈਕੇਟ ਹੀ ਲੈਣੇ, ਸਬਜ਼ੀ ਕੁਪੀ ਤਾਂ ਖਾਣੀ ਨਹੀਂ ਮਸ਼ਰੂਮ ਦੀ ਗੱਲ, ਉਹ ਬਣਾਉਣੇ ਉਹ ਸਨੈਕਸ ਬਣਾਉਣੇ ਮਸ਼ਰੂਮ ਵਾਲੇ, ਸਨੈਕਸ ਬਣਾਉਣੇ, ਹਾਂ ਕਿੰਨੇ ਲਵਾਂ, ਦੋ ਤਿੰਨ ਚਾਰ, ਤਿੰਨ ਬਹੁਤ ਆ, ਉਹ ਜਿਹੜਾ ਇੱਕ ਲਿਆ ਉਹਦੇ ਮਸ਼ਰੂਮ ਜ਼ਿਆਦਾ ਹੀ ਵੱਡੇ ਨਹੀਂ, ਹਾਂ ਤਾਂ ਬਹੁਤ ਵੱਡੇ ਆ ਦੇ, ਆਹ ਦੂਜਾ ਚੱਕੋ, ਛੋਟੇ ਛੋਟੇ ਦੇ ਜ਼ਿਆਦਾ ਵਧੀਆ ਬਣਨੇ, ਹਾਂ ਠੀਕ ਆ, ਗਾਜਰਾਂ ਉੱਦਾਂ ਤਾਂ ਥੋੜ੍ਹੀ ਚਾਹੀਦੀ, ਤੁਸੀਂ ਸਬਜ਼ੀ ਲੈ ਲੈਣੀ ਆ ਅਤੇ ਨਾਲ ਲੈ ਲਓ, ਮਟਰ ਵੀ, ਮਟਰ ਵੀ ਕੱਲੀਆਂ ਗਾਜਰਾਂ 'ਚ ਪਾਉਣ ਨੂੰ ਨਹੀਂ, ਉਹ ਦੂਸਰੇ ਕੰਮ ਲਈ ਵੀ ਚਾਹੀਦੇ। ਟਮਾਟਰ ਪਿਆਜ਼ ਲਸਣ ਤਿੰਨੋਂ ਚੀਜ਼ਾਂ ਹੋ ਗਈਆਂ, ਹੁਣ ਅਸੀਂ ਦਾਦੀ ਜੀ ਲਈ ਲੈ ਲਈਏ ਮੂੰਗਫਲੀ, ਕਿੱਦਾਂ ਬਣਾਈ, ਦਾਣੇ ਲੈਣੇ ਵੀ ਬਹੁਤ ਖਾਂਦਾ, ਦੀਪ ਤੁਹਾਡੇ ਦਾਣੇ ਸਪੈਸ਼ਲ ਜਿਹੜੇ ਤੁਸੀਂ ਖਾਂਦੇ ਹੋ, ਗੱਚਕ ਨਹੀਂ ਲੈਣੀ, ਮੈਂ ਮੂੰਗਫਲੀ ਕੱਲੀ ਲਈ ਆ, ਅਜੇ ਨਹੀਂ ਖਾਣ ਨੂੰ ਜੀ ਕਰਦਾ ਗੱਚਕ।